ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ। ਸਮੁੱਚੀ ਦੁਨੀਆ ਵਿੱਚ ਅਨੇਕਾਂ ਹੀ ਸਮਾਜ ਸੇਵੀ ਜਥੇਬੰਦੀਆਂ ਆਪਣੇ ਆਪਣੇ ਕਾਰਜ ਕਰਦੀਆਂ ਰਹਿੰਦੀਆਂ ਨੇ। ਅਜਿਹੀ ਇੱਕ ਸਮਾਜ ਸੇਵੀ ਸੰਸਥਾ SGP ਚੈਰੀਟੇਬਲ ਸੇਵਾ ਸਮਿਤੀ, ਜੋ ਸਮੇਂ ਸਮੇਂ ਸਿਰ ਮਨੁੱਖਤਾ ਨੂੰ ਸਮਰਪਿਤ ਸਮਾਜ ਸੇਵਾ ਦੇ ਅਨੇਕਾਂ ਕਾਰਜ ਕਰਦੀਆਂ ਨੇ। ਮਾਛੀਵਾੜਾ ਸਾਹਿਬ ਵਿਖੇ ਇਸ ਸੰਸਥਾ ਵੱਲੋਂ ਖੂਨਦਾਨ ਕੈਂਪ, ਅੱਖਾਂ ਦਖਰੀ ਚੈੱਕਅਪ ਕੈਂਪ, ਬੂਟਿਆਂ ਦੀ ਸਾਂਭ ਸੰਭਾਲ ਅਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਪਹਿਲ ਦੇ ਆਧਾਰ ਤੇ ਕਰਦੇ ਰਹਿੰਦੇ ਨੇ। ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਇਸ ਸੰਸਥਾ ਵੱਲੋਂ ਵਣ ਮਹੋਤਸਵ ਮਨਾਇਆ ਗਿਆ ਹੈ। ਆਏ ਹੋਏ ਮਹਿਮਾਨਾਂ ਨੂੰ ਬੂਟੇ ਵੰਡੇ ਗਏ ਨੇ। ਮਾਛੀਵਾੜਾ ਸਾਹਿਬ ਤੋਂ ਸੁੱਚਾ ਬੰਗੜ ਦੀ ਖਾਸ ਰਿਪੋਰਟ। ਪੰਜਾਬ ਦੀ ਹਰ ਇੱਕ ਖਬਰ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਪਰਮਿੰਦਰ ਸਿੰਘ ਰਾੜ, ESP ਵਿਜੀਲੈਂਸ ਲੁਧਿਆਣਾ। ਅੱਜ ਮਾਛੀਵਾੜਾ ਸਾਹਿਬ ਜਿਹੜਾ ਵਣ ਮਹੋਤਸਵ ਮਨਾਇਆ ਗਿਆ, ਇਹ SGV ਸੇਵਾ ਸੁਸਾਇਟੀ ਵੱਲੋਂ ਉਹਨਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਹ ਸਾਡੇ SSP ਰੁਪਿੰਦਰ ਸਿੰਘ ਜੀ, ਜਿਨ੍ਹਾਂ ਵੱਲੋਂ ਸਾਨੂੰ ਇਹ ਹਦਾਇਤਾਂ ਸੀਗੀਆਂ ਵੀ ਥਾਂ ਥਾਂ ਜਾ ਕੇ ਇਹ ਕਰੋ, ਅਤੇ ਨਾਲ ਹੀ ਕਰਪਸ਼ਨ ਦਾ ਹੈ ਜੋ ਵੀ ਉਹ ਵੀ ਲੋਕਾਂ ਨੂੰ ਦੱਸੋ ਵੀ ਜੇ ਕੋਈ ਕਰਪਸ਼ਨ ਕਰਦਾ ਤਾਂ ਸਾਡੇ ਨੋਟਸ 'ਚ ਲਿਆਵੇ, ਕਿਉਂਕਿ ਜਿੰਨਾ ਵਾਤਾਵਰਨ ਹੈ ਇਹ ਸਾਰਾ ਕਰਪਸ਼ਨ ਦੇ ਨਾਲ ਹੀ ਸੰਬੰਧਿਤ ਹੈ। ਕਿਉਂ ਸ਼ੁਰੂ ਤੋਂ ਕਰਪਸ਼ਨ ਸਟਾਰਟ ਹੋਈ ਹੈ ਤਾਂ ਅੱਜ ਅਸੀਂ ਇਸ ਕਗਾਰ 'ਤੇ ਪਹੁੰਚੇ ਹਾਂ। ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਕਰਪਸ਼ਨ ਕੋਈ ਬਾਹਰੋਂ ਨਹੀਂ ਕਰਦਾ, ਅਸੀਂ ਪੰਜਾਬ ਦੇ ਬਸ਼ਿੰਦੇ ਹਾਂ ਸਾਰੇ ਬੰਦੇ, ਜਿੰਨੇ ਵੀ ਔਫੀਸ਼ਲਸ ਨੇ ਜਾਂ ਜਿੰਨੇ ਸਾਡੇ ਮੁਲਾਜ਼ਮ ਨੇ। ਅਤੇ ਸਾਰੀਆਂ ਮੇਰੀਆਂ ਭੈਣਾਂ ਨੂੰ, ਵੀਰਾਂ ਨੂੰ ਇਹੋ ਹੀ ਬੇਨਤੀ ਕਰਦਾ ਵੀ ਆਪਣੇ ਭੈਣ ਭਰਾ ਨੂੰ ਕਹੋ ਵੀ ਹੱਕ ਦੀ ਖਾਓ, ਕਰਪਸ਼ਨ ਨਾ ਕਰੋ, ਆਪਣੇ ਵਾਤਾਵਰਨ ਨੂੰ ਸਾਂਭੀਏ, ਆਪਣੇ ਪਾਣੀ ਨੂੰ ਸਾਂਭੀਏ, ਆਪਣੇ ਯੂਥ ਨੂੰ ਸਾਂਭੀਏ, ਕਿਉਂਕਿ ਹੁਣ ਜਿਹੜਾ ਪੰਜਾਬ ਹੈ ਅਤੇ ਇਹਨਾਂ ਚੀਜ਼ਾਂ ਦੀ ਸਖ਼ਤ ਜ਼ਰੂਰਤ ਆ ਸਾਨੂੰ। ਅਤੇ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਟਾਈਮ ਸਪੈਂਡ ਕਰੀਏ, ਉਹਨਾਂ ਨੂੰ ਵਾਤਾਵਰਨ ਬਾਰੇ ਦੱਸੀਏ, ਉਹਨਾਂ ਨੂੰ ਆਪਣੇ ਸਮਾਜ ਬਾਰੇ ਦੱਸੀਏ, ਆਪਣੇ ਵਿਰਸੇ ਬਾਰੇ ਦੱਸੀਏ, ਉਹਨਾਂ ਨੂੰ ਕਾਨੂੰਨ ਤੋਂ ਜਾਣੂ ਕਰਵਾਈਏ। ਜੇ ਅਸੀਂ ਹੁਣ ਤੋਂ ਹੀ ਬੱਚਿਆਂ ਦੀ ਨਹੀਂ ਇਸ ਤਰ੍ਹਾਂ ਦੀ ਰੱਖਾਂਗੇ ਤਾਂ ਕੱਲ੍ਹ ਨੂੰ ਘੱਟੋ ਘੱਟ, ਆ ਜਿਵੇਂ ਹੁਣ ਕਰੋਨਾ ਕਾਲ ਆਇਆ ਸੀ ਤਾਂ ਸਾਨੂੰ ਕਿਸੇ ਨੂੰ ਆਕਸੀਜਨ ਨਹੀਂ ਸੀ ਲੱਭਦੀ, ਤਾਂ ਘੱਟੋ ਘੱਟ ਕੱਲ੍ਹ ਨੂੰ ਸਾਨੂੰ ਇਹਨਾਂ ਪ੍ਰੋਬਲਮਾਂ ਦਾ ਸਾਹਮਣਾ ਨਾ ਕਰਨਾ ਪਊਗਾ। ਸਾਡਾ ਇਮਿਊਨ ਸਿਸਟਮ ਇੰਨਾ ਕੱਪ ਹੋ ਜਾਏਗਾ ਜੇ ਸਾਨੂੰ ਆਕਸੀਜਨ ਪੂਰੀ ਮਿਲੇਗੀ, ਤਾਂ ਕੋਈ ਵੀ ਪ੍ਰੋਬਲਮ ਆਉਂਦੀ ਆ, ਕੋਈ ਬਿਮਾਰੀ ਆਉਂਦੀ ਹੈ ਤਾਂ ਅਸੀਂ ਉਹਦੇ ਨਾਲ ਲੜ ਸਕਦੇ ਹਾਂ ਅਤੇ ਇੱਕ ਵਧੀਆ ਸਮਾਜ ਸਿਰ ਸਕਦੇ। ਜਿਹੜੀ ਕਰਪਸ਼ਨ ਆ ਉਹ ਜ਼ਿਆਦਾਤਰ ਸਰਕਾਰੀ ਵਿਭਾਗਾਂ ਦੇ ਵਿੱਚ ਹੀ ਆ, ਕੀ ਕਰਨਾ ਇਹ ਕਰਪਸ਼ਨ ਜੀ ਲੋਕ ਹੀ ਕਰਾਉਂਦੇ ਆ। ਹਰ ਬੰਦਾ ਚਾਹੁੰਦਾ ਵੀ ਮੇਰਾ ਕੰਮ ਪਹਿਲਾਂ ਹੋ ਜਾਏ। ਇਸ ਚੱਕਰ ਦੇ ਵਿੱਚ ਉਹ ਬੰਦਾ ਕੀ ਕਰਦਾ ਵੀ ਸਰਕਾਰੀ ਅਫਸਰਾਂ ਨੂੰ ਖੁਦ ਖਰਾਬ ਕਰਦਾ। ਹੁਣ ਸਪੋਜ਼ ਕਰੋ ਕਿਸੇ ਦੀ ਵੈਰੀਫਿਕੇਸ਼ਨ ਹੈ, ਉਹ ਜੇ ਕੋਈ ਇੱਕ ਪੁਲਿਸ ਮੁਲਾਜ਼ਮ ਕਹਿੰਦਾ ਵੀ ਕੋਈ ਨਹੀਂ ਮੈਂ ਵਾਰੀ ਸਰ ਕਰਦਾ, ਉਹਨੂੰ ਪੈਸੇ ਦੇਣ ਦੀ ਕੋਸ਼ਿਸ਼ ਕਰੇਗਾ। ਜੇ ਕੋਈ ਪਟਵਾਰੀ ਤੋਂ ਕੰਮ ਕਰਾਉਣਾ ਤਾਂ ਉਹ ਵੀ ਇਹੋ ਹੀ ਆ, ਉਹ ਕਹਿੰਦਾ ਦੋ ਬੰਦਿਆਂ ਤੋਂ ਪਹਿਲਾਂ ਮੈਨੂੰ ਫਰਦ ਦੇ ਦੇ, ਇਹਨੂੰ ਬਾਅਦ 'ਚ ਦੇ ਦੀ। ਸੋ ਇਹ ਸਾਡੀ ਆਪਣਾ ਵੀ ਬਹੁਤ ਵੱਡੀ ਜਿਹੜੀ ਹੈ ਦੇਣ ਹੈ ਕਰਪਸ਼ਨ ਦੇ ਖਿਲਾਫ ਜੇ ਅਸੀਂ ਚੱਲੀਏ। ਅਤੇ ਜੇ ਅਸੀਂ ਇਸੇ ਵਹਿਣ ਦੇ ਵਿੱਚ ਤੁਰੇ ਰਹਾਂਗੇ ਤਾਂ ਇਦੋਂ ਹਾਲਾਤ ਵੱਧ ਤੋਂ ਬਦਤਰ ਹੀ ਹੋਣਗੇ, ਚੰਗੇ ਨਹੀਂ ਹੋਣਗੇ। ਸਰ, ਕੁਛ ਲੋਕ ਤੁਹਾਡੇ ਤੱਕ ਪਹੁੰਚ ਕਰਨ ਤੋਂ ਡਰਦੇ ਆ ਕਿ ਕਿਤੇ ਨਾ ਕਿਤੇ ਸਿਆਸੀ ਦਬਾਅ ਨਾ ਪੈ ਜਾਵੇ, ਉਹਦੇ ਬਾਰੇ ਕੀ ਕਹਿਣਾ ਜੀ? ਬਹੁਤ ਲੋਕ ਬਹੁਤ ਤਰ੍ਹਾਂ ਦੇ ਕਰਪਸ਼ਨ ਦਾ ਸ਼ਿਕਾਰ ਹੋਏ ਨੇ ਪਰ ਉਹ ਡਰਦੇ ਨੇ ਤੁਹਾਡੇ ਤੱਕ ਪਹੁੰਚ, ਵਿਜੀਲੈਂਸ ਡਿਪਾਰਟਮੈਂਟ ਤੱਕ ਕਰਨ ਦੇ, ਉਹਦੇ ਬਾਰੇ ਕੀ ਕਹਿਣਾ? ਅਸਲ 'ਚ ਜੀ ਲੋਕਾਂ ਨੂੰ ਅਵੇਅਰ ਕਰਨ ਦੀ ਲੋੜ ਆ, ਉਸੇ ਕਰਕੇ ਹੀ ਅਸੀਂ ਅੱਜ ਇੱਥੇ ਪਹੁੰਚੇ ਹਾਂ। ਅਤੇ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਵਿਜੀਲੈਂਸ ਇੱਕ ਇੰਡੀਪੈਂਡੈਂਟ ਏਜੰਸੀ ਹੈ, ਵਿਜੀਲੈਂਸ ਬਿਊਰੋ। ਸਾਡੇ ਜਿਹੜੇ ਸ੍ਰੀ VK ਉੱਪਲ ਸਾਹਿਬ ਸਾਡੇ ਚੀਫ ਸਾਹਿਬ ਨੇ, ਅਤੇ ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿ ਕੋਈ ਸਿਆਸੀ ਦਬਾਅ ਹੈ ਸਾਡੇ 'ਤੇ, ਸਾਡੀ ਇੰਡੀਪੈਂਡੈਂਟ। ਅੱਜ ਬੜਾ ਹੀ ਭਾਗਾਂ ਵਾਲਾ ਦਿਨ ਆ ਔਰ ਖੁਸ਼ੀ ਵਾਲਾ ਦਿਨ ਆ ਕਿ ਅੱਜ ਇਸ ਸੰਤ ਗੰਗਾ ਨੰਦ ਜੀ ਭੂਰੀ ਵਾਲੇ, ਉਹਨਾਂ ਦੇ ਸਹਿਯੋਗ ਦੇ ਨਾਲ DSP ਸਰਦਾਰ ਪਰਮਿੰਦਰ ਸਿੰਘ ਬਰਾੜ, ਜੋ ਕਿ ਵਿਜੀਲੈਂਸ ਦੇ ਵਿੱਚ DSP ਨੇ, ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਵਣ ਮਹਾਂਉਤਸਵ ਮਨਾਇਆ ਜਾ ਰਿਹਾ, ਜਿਹਦੇ ਤਹਿਤ ਸਾਰਿਆਂ ਨੂੰ ਹੀ ਉਤਸ਼ਾਹਿਤ ਕੀਤਾ ਗਿਆ। ਪਿੰਡਾਂ ਤੋਂ ਸਰਪੰਚ, ਪੰਚ, ਬਹੁਤ ਪੰਚਾਇਤਾਂ ਆਈਆਂ ਨੇ, ਇਹਨਾਂ ਨੇ ਸਾਰਿਆਂ ਨੂੰ ਹੀ ਬੂਟੇ ਦੇ ਕੇ ਔਰ ਪ੍ਰਣ ਕਰਕੇ ਇੱਥੇ ਸਾਰੀਆਂ ਸੰਸਥਾਵਾਂ ਨੇ ਪ੍ਰਣ ਕੀਤਾ ਕਿ ਜਿਹੜੇ ਅਸੀਂ ਬੂਟੇ ਲੈ ਕੇ ਜਾਵਾਂਗੇ ਉਹਦੀ ਇਕੱਲੇ ਇਕੱਲੇ ਦੀ ਅਸੀਂ ਦੇਖ ਰੇਖ ਕਰਾਂਗੇ। ਮੈਂ ਵੀ ਆਪਣੇ ਨਗਰ ਕੌਂਸਲ ਦੇ ਪ੍ਰਧਾਨ ਹੁੰਦੇ ਹੋਏ ਸਾਰੀਆਂ ਸੰਸਥਾਵਾਂ ਨੂੰ ਵਿਸ਼ਵਾਸ ਦਵਾਇਆ ਕਿ ਜਿੰਨੇ ਵੀ ਬੂਟੇ ਲਾਏ ਜਾਣਗੇ ਉਹਨਾਂ ਦੀ ਦੇਖ ਰੇਖ ਹੈ ਜਿਹੜੀ ਉਹ ਮਿਊਂਸਪਲ ਕਮੇਟੀ ਕਰੇਗੀ। ਸ਼ਹਿਰ 'ਚ ਕਿੰਨੇ ਬੂਟੇ ਸਰ ਲੱਗ ਚੁੱਕੇ?
गिनती तो मेरे एग्जैक्ट जा, लेकिन जी सा चरण कमल सोसायटी है तो एक मुंडे नवे इन्होंने बनाई है माछीवाड़ा यूथ क्लब तो होर भी संस्थाव ने जोड़े कि बद तो बद मेरा ख्याल है भी उन्होंने तो तकरीबन 1000 बूटा जी चरण कमल सोसायटी है वो बहर तो मेरठ तो बहरों लैके आए हैं बहुत ही उन्हों का शलाघा जो काम आ और कोशिश मेरी जो मैं इतने सुजैशन दसा सी उन्होंने भी कोशिश यही है भी आयुर्वेदिक के नाल जुड़े हुए अच्छी बूटे लाइए ता कि सानू डबल बेनीफिट मिल सके और अपना जो वातावरण आ सुधर सके सारा कम ही वातावरण तो इस वेले बैठा क्योंकि अपने बड़ी त्रासदी चली है जे अपना वातावरण सही होगा तो आप इस त्रासदियों का बड़ा डट के मुकाबला कर सकते सो मैं अज हाँ जी मैं चरणजीत सिंह जी की कहना चाहोगे जी मैं तो बेनती करना चाहना कि जिस तरह ये पवित्र धरती माछीवाड़ा साहब की श्री गुरु गोबिंद सिंह जी के चरण छू प्राप्त धरती है इस धरती से जिहड़ा भी व्यक्ति आता है श्रद्धा भावना नाल उहदी पहले तो श्रद्धा भावना जिहड़ी है पूरी हुंदी है तो दूसरे नंबर पर जिहड़ा इत्थे सेवा करता है चाहे वह रुख लगा चाहे मानवता की भलाई लई जिहड़ी मर्जी सेवा करता किसी भी तरह की करता उहदे जिहड़े है दिन दुगनी रात चौगनी उन्हें तरक्की मिलती है ये एक धरती की महानता है ते आज दे आज जिहड़े असी वण महा उत्सव 2021 जिहड़ा मनाउण जा रहे हैं मनाया और इस वण महा उत्सव जिन्हें भी अफसर साहबान या साडे होर सहयोगी आए ने असी उन्हां दा कोटन कोट धन्नवाद करते हैं अगे तो आस रखते इस तरह साडे नाल जुड़े रहणगे साडे ते आशीर्वाद बनाई रखणगे संस्था वल्लों किन्ने बूटे लगाए जा रहे हैं जी अगे इस साल असी 15,000 बूटा लाउणा जी ते वह बूटा जिहड़ा सानूं सरकार वल्लों दिता गया साडे संस्था नूं ये मंजूर किया गया ते उस दे नाल असी हरेक पिंड दे विच जिहड़ा सही तरीके नाल लगूगा उत्थे असी आप भेजांगे ते लाउण दा प्रबंध भी कोशिश करांगे जिथे पानी दी लोड़ होई जिथे 300-400 बूटा लगना उत्थे असी पानी दा भी प्रबंध करके देवांगे।